ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ। ਗਰਮੀ ਕਰਕੇ ਕਈ ਦਿਨ ਹੋ ਗਏ ਸਾਡੇ ਤੋਂ ਵੀਡੀਓ ਨਹੀਂ ਬਣੀ ਜੀ, ਬਹੁਤ ਗਰਮੀ ਸੀਗੀ ਅਤੇ ਮੈਂ ਆਈ ਸੀ ਬਤਾਊਂ ਤੋੜਨ। ਮੈਂ ਚਲੋ ਨਾਲੇ ਬੈਂਗਣ ਤੋੜ ਕੇ ਲਿਆਉਂਦੀ ਹਾਂ, ਨਾਲੇ ਗੱਲਾਂ ਬਾਤਾਂ ਕਰਦੇ ਹਾਂ। ਬਹੁਤ ਵਧੀਆ ਗਰੀਨਰੀ ਹੋਈ ਪਈ ਹੈ ਜੀ ਮੀਂਹਾਂ ਕਰਕੇ, ਪਰ ਮੀਂਹ ਜ਼ਰੂਰ ਪੈ ਗਏ ਪਰ ਵੱਟ ਬਹੁਤ ਹੈ। ਜਿੰਨਾ ਚਿਰ ਮੀਂਹ ਤੋਂ ਬਾਅਦ ਹਵਾ ਨਾ ਚੱਲੇ ਗੱਲ ਨਹੀਂ ਬਣਦੀ। ਬੱਟ ਨੇ ਬਾਟ ਕੱਢੇ ਪਏ ਆ ਸਰਦਾਰ ਜੀ, ਲੱਗੇ ਹੋਏ ਤੇ ਬੇਲਾਂ ਨੂੰ ਬਾਂਸ ਜੇ ਲਾਉਣ, ਕਹਿੰਦੇ ਵੀ ਬਾਂਸਾਂ ਤੇ ਚੜਾ ਦਿੰਦੇ ਆ ਬੇਲਾਂ ਸਬਜ਼ੀ ਦੀਆਂ ਹੇਠ, ਫਿਰ ਇੱਕ ਤਾਂ ਬਰਸਾਤ ਖਰਾਬ ਕਰ ਦਿੰਦੀ ਆ, ਇੱਕ ਤੁਹਾਨੂੰ ਪਤਾ ਵੀ ਸੁੰਡ ਸਲੂਪੇ ਦਾ ਡਰ ਰਹਿੰਦਾ। ਸਾਡੇ ਖੇਤਾਂ ਤੋਂ ਗਾਹਾਂ ਟੋਬਾ, ਟੋਬੇ ਚੋਂ ਸੱਪ ਸੁੱਪ ਆ ਜਾਂਦੇ ਆ ਕਈ ਵਾਰ। ਆਪਾਂ ਨੇ ਜੀ ਅੱਜ ਗੱਲਬਾਤ ਕਰਨੀ ਆ ਬਹੁਤ ਵਧੀਆ। ਮੈਂ ਕੱਲ੍ਹ ਇੱਕ ਵਿਚਾਰ ਸੁਣਿਆ ਸੀਗਾ ਆਪਣੇ ਭੈਣ ਜੀ ਨੇ, ਬੜੇ ਸਤਿਕਾਰਯੋਗ ਪ੍ਰਭਜੋਤ ਕੌਰ ਢਿੱਲੋਂ ਜਿਹੜੇ ਮੋਹਾਲੀ ਤੋਂ ਨੇ, ਉਹਨਾਂ ਦਾ ਵੀ ਫੇਸਬੁੱਕ ਚੈਨਲ ਚੱਲਦਾ ਜੀ, ਉਹਨੂੰ ਵੀ ਸਪੋਰਟ ਜ਼ਰੂਰ ਕਰਿਆ ਕਰੋ। ਸਾਡਾ ਵੈਸੇ ਵੀ ਮੇਰਾ ਫੋਨ 'ਤੇ ਰਾਬਤਾ ਹੁੰਦਾ ਰਹਿੰਦਾ, ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ। ਆਪਾਂ ਜਿਹੜੀ ਗੱਲਬਾਤ ਲੱਗੇ ਹਾਂ ਕਰਨ, ਇਹ ਗੱਲਬਾਤ ਕਰਨ ਲੱਗੇ ਹਾਂ ਬੱਚਿਆਂ ਲਈ ਅਤੇ ਬੱਚਿਆਂ ਦੀਆਂ ਖਾਸ ਕਰਕੇ ਮਾਵਾਂ ਲਈ, ਠੀਕ ਆ ਜੀ। ਪਿਓ ਨਹੀਂ ਇਹੋ ਜਿਹੀਆਂ ਗੱਲਾਂ ਕਿੰਨੀ ਬਾਹਲਾ ਧਿਆਨ ਦਿੰਦੇ, ਕਿਉਂਕਿ ਦੇਖੋ ਜੀ ਉਹਨਾਂ ਕੋਲ ਇਹੋ ਜਿਹੀਆਂ ਪੁੱਠੀਆਂ ਸਿੱਧੀਆਂ ਗੱਲਾਂ ਲਈ ਟਾਈਮ ਨਹੀਂ ਹੁੰਦਾ ਆਦਮੀਆਂ ਕੋਲ। ਇਹ ਪੁੱਠੀਆਂ ਸਿੱਧੀਆਂ ਗੱਲਾਂ ਕੁੜੀਆਂ ਕਤਰੀਆਂ ਵੱਧ ਕਰਦੀਆਂ, ਠੀਕ ਹੈ ਜੀ। ਉਹਨਾਂ ਨੇ ਗੱਲ ਜਿਹੜੀ ਕਰੀ ਹੋਈ ਸੀਗੀ ਉਹ ਗੱਲ ਸੀਗੀ ਵੀ ਆਪਣੇ ਬੱਚਿਆਂ ਨੂੰ ਇੱਕ ਤਾਂ ਜਾਸੂਸੀ ਨਾਲ ਸਿਖਾਇਆ ਕਰੋ ਵੀ ਫਲਾਣੇ ਦੀਆਂ ਪੁੱਤ ਗੱਲਾਂ ਸੁਣ ਲੈ, ਕਿਹੜਾ ਕੀ ਗੱਲ ਕਰਦਾ, ਧਿਆਨ ਰੱਖੀ ਕਿਹੜਾ ਕਿਹਨੂੰ ਕੀ ਦਿੰਦਾ ਕੀ ਲੈਂਦਾ, ਹੈ ਨਾ। ਦੇਖੋ ਇਹ ਗੱਲ ਸਾਡੇ ਦੇਖਣ 'ਚ ਵੀ ਆਈ ਆ, ਸੁਣਨ 'ਚ ਵੀ ਆਈ ਹੈ। ਪ੍ਰਭਜੋਤ ਭੈਣ ਦੀ ਗੱਲ ਬਹੁਤ ਵਧੀਆ ਹੈ, ਕਿਉਂਕਿ ਅੱਜ ਕੱਲ੍ਹ ਦੀਆਂ ਕੁੜੀਆਂ ਨਾ ਜਿਹੜੀਆਂ ਉਹ ਬੱਚਿਆਂ ਨੂੰ ਸਿੱਧੇ ਪਾਸੇ ਨੂੰ ਨਹੀਂ ਪੁੱਠੇ ਪਾਸੇ ਨੂੰ ਮਤ ਵੱਧ ਦਿੰਦੀਆਂ ਨੇ, ਗੁੱਸਾ ਨਾ ਕਰਨਾ, ਚਲੋ ਜਿਹਨੇ ਕਰਨਾ ਕਰ ਵੀ ਲਵੇ, ਅਤੇ ਪੁੱਠੀਆਂ ਸਿੱਧੀਆਂ ਗੱਲਾਂ ਸਿਖਾਉਣ ਨੂੰ ਸਾਡੇ ਬੱਚਿਆਂ ਨੂੰ ਦੁਨੀਆਦਾਰੀ ਬਥੇਰੀ ਹੈ। ਅਸੀਂ ਘਰ 'ਚ ਕਮ ਸੇ ਕਮ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਕਰ ਸਕੀਏ, ਸਾਡੇ ਲਈ ਇਹੀ ਬਹੁਤ ਹੈ, ਕਿਉਂਕਿ ਸਾਡੀ ਪਰਵਰਿਸ਼ ਨੇ ਰੰਗ ਲਾਉਣੇ ਨੇ ਜਦੋਂ ਬੱਚਾ ਜਵਾਨ ਹੋ ਜਾਂਦਾ, ਠੀਕ ਹੈ। ਚੰਗੀ ਸਿੱਖਿਆ ਦੇ ਦੋਗੇ ਉਹਨੂੰ ਬਚਪਨ 'ਚ, ਕੱਚਾ ਭਾਂਡਾ ਹੁੰਦਾ ਜਿੱਧਰ ਨੂੰ ਮੁੜੋਗੇ ਉੱਧਰ ਨੂੰ ਉਹਨੇ ਮੁੜ ਜਾਣਾ, ਚੰਗੀ ਸਿੱਖਿਆ ਦਿਉਂਗੇ ਉਹ ਚੰਗੀਆਂ ਗੱਲਾਂ ਕਰੂਗਾ, ਨਹੀਂ ਫਿਰ ਇਹ ਨਹੀਂ ਹੈਗਾ ਬਈ ਜਿਹੜੀਆਂ ਤੁਸੀਂ ਉਹਨੂੰ ਮੱਤਾਂ ਦਿੱਤੀਆਂ ਜਵਾਕ ਨੂੰ ਉਹ ਹੋਰ ਦਾਦੀਆਂ ਭੂਆ 'ਤੇ ਜਾਂ ਹੋਰ ਕਿਸੇ ਰਿਸ਼ਤਿਆਂ 'ਤੇ ਅਪਣਾਊਗਾ, ਉਹ ਜਵਾਕ ਨੇ ਇੱਕ ਦਿਨ ਉਹ ਗੱਲਾਂ ਨੂੰ ਤੁਹਾਡੇ 'ਤੇ ਵੀ ਲਾਗੂ ਕਰਨਾ ਹੈ। ਦੇਖੋ ਕਈ ਵਾਰ ਆਪਣੇ ਘਰਾਂ 'ਚ ਕੀ ਹੁੰਦਾ, ਜਨਾਨੀਆਂ ਕਹਿ ਦਿੰਦੀਆਂ ਨੇ, ਛੋਟੇ ਬੱਚੇ ਹੁੰਦੇ ਆ ਜਿਹੜੇ ਬੇਸੋਜ 10-12 ਸਾਲ ਤੋਂ ਪਹਿਲਾਂ, ਪੁੱਤ ਐਂ ਕਰੀ ਮਾੜਾ ਜਿਹਾ ਧਿਆਨ ਰੱਖੀ ਤੇਰਾ ਚਾਚਾ ਤੇਰੀ ਚਾਚੀ ਨਾਲ ਕੀ ਗੱਲਾਂ ਕਰਦਾ, ਤੇਰੀ ਤਾਈ ਤੇਰੇ ਤਾਏ ਨਾਲ ਕੀ ਗੱਲਾਂ ਕਰਦੀ ਹੈ, ਤੇਰੀ ਦਾਦੀ ਕੀ ਗੱਲਾਂ ਕਰਦੀ ਹੈ। ਜੇ ਦਾਦੀ ਨੇ ਕਿਤੇ ਨੂੰ ਜਾਣਾ ਕਿਸੇ ਰਿਸ਼ਤੇਦਾਰੀ 'ਚ ਨੂੰ, ਪੇਕਿਆਂ ਨੂੰ, ਤਾਂ ਬੱਚੇ ਨੂੰ ਨਾਲ ਭੇਜ ਦੇਣਾ। ਮੈਂ ਨਹੀਂ ਕਹਿੰਦੀ ਵੀ ਨਹੀਂ ਭੇਜਣਾ ਚਾਹੀਦਾ, ਬਿਲਕੁਲ ਭੇਜਣਾ ਚਾਹੀਦਾ, ਪਰ ਜਾਸੂਸੀ ਕਰਨ ਲਈ ਨਹੀਂ। ਦਾਦੀ ਆਪਣੇ ਪੇਕਿਆਂ ਨੂੰ ਕੀ ਰਾਣੀ ਹਾਰ ਦੇ ਆਊਗੀ, ਕੀ ਦੇ ਆਊਗੀ। ਹੁਣ ਅਸੀਂ ਹਾਂ, ਮੈਂ ਖੁਦ ਹਾਂ, ਪੇਕੇ ਘਰ ਜਾਈਦਾ, ਸਾਨੂੰ ਪੇਕੇ ਦਿੰਦੇ ਆ, ਸਾਡਾ ਵੀ ਫਰਜ਼ ਹੈ ਕਿਤੇ, ਸਾਡੇ ਬੱਚੇ ਨੇ ਗਾਹਾਂ
ਭਤੀਜਿਆਂ ਦੇ ਜਵਾਕ ਹੁੰਦੇ ਨੇ, ਉਹ ਸਾਡੇ ਪੋਤੇ ਪੋਤੀਆਂ ਲੱਗਦੇ ਨੇ, ਸਾਡਾ ਵੀ ਕਿਤੇ ਫਰਜ਼ ਆ ਵੀ ਆਉਂਦੀਆਂ ਹੋਈਆਂ ਅਸੀਂ ਬੱਚਿਆਂ ਦੇ ਹੱਥਾਂ 'ਤੇ ਦਸਾਂ ਵੀ ਹਧਰੇ ਆਈਏ। ਫਰਜ਼ ਹੁੰਦੇ ਨੇ ਇਹ ਕੋਈ ਕਿਸੇ ਦੇ ਦਿੱਤੇ ਤਾਂ ਰੱਜਦਾ ਨਹੀਂ ਹੁੰਦਾ, ਇਹ ਫਰਜ਼ ਹੁੰਦੇ ਨੇ। ਜੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਦੀਆਂ ਰਾਖੀਆਂ ਆਪਣੇ ਬੱਚਿਆਂ ਨੂੰ ਕਰਨ ਲਾਤਾ, ਫਿਰ ਸਾਡੇ ਬੱਚੇ ਉਹਨਾਂ ਗੱਲਾਂ 'ਚੋਂ ਕੀ ਸਿੱਖਣਗੇ? ਇਹ ਗੱਲ ਕਦੇ ਵੀ ਨਾ ਭੁੱਲਿਓ। ਮੈਂ ਤੁਹਾਨੂੰ ਦੱਸਦੀ ਹਾਂ ਵੀ ਇਹ ਜ਼ਿੰਦਗੀ ਦੇ ਤਜਰਬੇ ਆ ਜਿਹੜੀਆਂ ਮੈਂ ਗੱਲਾਂ ਕਰਦੀ ਹੁੰਦੀ ਹਾਂ, ਇਹ ਗੱਲਾਂ ਤੁਸੀਂ ਕਦੇ ਵੀ ਨਾ ਭੁੱਲਿਓ ਵੀ ਤੁਹਾਡੇ ਜਵਾਕ ਨੇ ਇੰਨਾ ਕੇ ਰਹਿਣਾ। ਜਦ ਜਵਾਕ ਗੱਭਰੂ ਹੋ ਗਿਆ, ਜਦ ਵੀ ਤੁਹਾਨੂੰ ਇਹ ਗੱਲਾਂ ਪਲਟਾਵੀਆਂ ਸੁਣਨ ਨੂੰ ਮਿਲਣੀਆਂ, ਜੇ ਜਦ ਤੁਹਾਡਾ ਜਵਾਕ ਵਿਆਹਿਆ ਗਿਆ, ਫਿਰ ਜਵਾਕ ਆਪਣੀ ਜਨਾਨੀ ਦੇ ਬਰਾਬਰ ਖੜ੍ਹ ਕੇ ਤੁਹਾਨੂੰ ਇਹੋ ਜਿਹੀਆਂ ਗੱਲਾਂ ਕਹੂਗਾ ਨਾ, ਸੁਣਨੀਆਂ ਔਖੀਆਂ ਹੋ ਜਾਂਦੀਆਂ। ਠੀਕ ਹੈ, ਜਵਾਕ ਫਿਰ ਆਪਦੀ ਜਨਾਨੀ ਦੇ ਖੜ੍ਹੀ ਤੁਹਾਡੇ ਰੰਗ ਢੰਗ ਦੱਸਦਾ ਜਿਹੜੇ ਤੁਸੀਂ ਜਵਾਨੀ ਪਹਿਰੇ ਕਰੇ ਹੁੰਦੇ ਨੇ ਬਹੂਆਂ ਨੇ। ਜਵਾਕ ਫਿਰ ਅਗਲੇ ਇਹ ਕਹਿੰਦੇ ਨੇ ਵੀ ਤੂੰ ਆਹੀ ਕੁਛ ਤੂੰ ਦਾਦੀ ਨਾਲ ਕਰਦੀ ਤੀ, ਆਹੀ ਕੁਛ ਤੂੰ ਭੂਆ ਨਾਲ ਕਰਦੀ ਤੀ, ਆਹੀ ਕੁਛ ਤੂੰ ਫਲਾਣੇ ਨਾਲ ਕਰਦੀ ਤੀ, ਤੂੰ ਮੈਨੂੰ ਇਹੀਆਂ ਜਿਹੀਆਂ ਮੱਤਾਂ ਦਿੰਦੀ ਤੀ। ਠੀਕ ਹੈ ਬਈ, ਕਦੇ ਵੀ ਆਪਣੇ ਜਵਾਕ ਨੂੰ ਕਿਸੇ ਵੀ ਰਿਸ਼ਤੇ ਪ੍ਰਤੀ ਜਿਹੜੀ ਗੱਲ ਤੁਹਾਡੀ ਆ ਉਹ ਤੁਹਾਡੇ ਥਾਈਂ ਸੀਮਿਤ ਰੱਖਿਆ ਕਰੋ, ਬੜਿਆਂ ਥਾਈਂ। ਬੱਚਿਆਂ ਨੂੰ ਇਹ ਜਿਹੀਆਂ ਪੁੱਠੀਆਂ ਮੱਤਾਂ ਨਾ ਦਿਆ ਕਰੋ। ਠੀਕ ਹੈ, ਪੁੱਠੀਆਂ ਮੱਤਾਂ ਲਈ ਦੁਨੀਆਦਾਰੀ ਹੋਰ ਬਥੇਰੀ ਹੈ, ਕੰਮ ਸੇ ਕੰਮ ਘਰ ਵਿੱਚ ਚੰਗੀ ਪਰਵਰਿਸ਼ ਕਰਿਆ ਕਰੋ ਬੱਚਿਆਂ ਦੀ। ਠੀਕ ਹੈ, ਤੁਸੀਂ ਬੱਚਿਆਂ ਨੂੰ ਇੱਦਾਂ ਦੀਆਂ ਮੱਤਾਂ ਦੇ ਕੇ, ਪੁੱਤ ਫਲਾਣੇ ਦਾ ਧਿਆਨ ਰੱਖੀ, ਧਿਮਕੇ ਦਾ ਧਿਆਨ ਰੱਖੀ, ਕਿਹਨੂੰ ਕੀ ਦਿੰਦਾ, ਕਿਹਨੂੰ ਕੀ ਲੈਂਦਾ, ਹੈ ਨਾ, ਕੀ ਗੱਲਬਾਤ ਕਰਦਾ, ਇਹੀ ਗੱਲਾਂ ਹੁੰਦੀਆਂ ਨੇ, ਹੋਰ ਕੀ ਗੰਡਾਸੇ ਚੱਲਦੇ ਹੁੰਦੇ ਨੇ। ਉਹ ਤੁਸੀਂ ਬੱਚੇ ਨੂੰ ਤਾਂ ਆਪਣੇ ਨੂੰ ਇਹੀ ਜਿਹੀਆਂ ਗੱਲਾਂ 'ਚ ਤਿਆਰ ਕਰੇ ਦਿੰਦੇ ਹੋ, ਤੁਸੀਂ ਬੱਚੇ ਦੀ ਜ਼ਿੰਦਗੀ ਵੀ ਨਰਕ ਬਣਾ ਦਿੰਦੇ ਹੋ। ਠੀਕ ਹੈ, ਬੱਚਾ ਇਹੀ ਗੱਲਾਂ 'ਚੋਂ ਉੱਗਾ ਰਹਿ ਜਾਂਦਾ, ਇਹ ਕੋਈ ਗੱਲਾਂ 'ਚੋਂ ਗੱਲ ਹੈ ਇਹ? ਠੀਕ ਹੈ, ਸਾਰੀ ਉਮਰ ਲਈ ਜਵਾਕ ਦੀ ਆਦਤ ਬਣ ਜਾਂਦੀ ਹੈ ਇਹ ਚੋਰੀਆਂ ਛਪੋਰੀਆਂ ਜਿਹੀਆਂ ਕੰਨ ਲਾ ਕੇ ਗੱਲਾਂ ਸੁਣਨ ਦੀ। ਠੀਕ ਆ, ਉਹੀ ਜੀ ਸੋਚ ਬਚਪਨ 'ਚ ਜਵਾਕ ਦੇ ਜਿਹੀ ਜੀ ਮਰਜ਼ੀ ਸੋਚ ਦਿਮਾਗ 'ਚ ਭਰਦੇ। ਮੈਂ ਤਾਂ ਕਹਿੰਦੀ ਹਾਂ ਵੀ ਜੇ ਤੁਹਾਡੀ ਕੋਈ ਮਾੜਾ ਮੋਟਾ ਕਿਸੇ ਆਪ ਦੇ ਹਾਣ ਦੇ ਨਾਲ, ਭੈਣ ਭਾਈ ਨਾਲ, ਕਿਸੇ ਨਾਲ ਵੀ ਕੋਈ ਮਾੜਾ ਮੋਟਾ ਤੁਹਾਡਾ ਵਿਤਕਰਾ ਏ, ਆਪ ਥਾਈਂ ਸੀਮਿਤ ਰੱਖੋ। ਜਵਾਕ ਨਹੀਂ ਸਾਡੇ ਵਿੱਚ ਬੋਲਣਾ ਚਾਹੀਦਾ, ਜਵਾਕ ਬੋਲਦਾ ਉਹਨੂੰ ਥੱਪੜ ਮਾਰੋ ਉਹਦੇ ਵੱਟ ਕੇ, ਵੀ ਅਸੀਂ ਭਾਵੇਂ ਬਾਲ ਪਟਈਆ ਹੋ ਜਾਈਏ ਤਾਂ ਹੀ ਨਹੀਂ ਵਿੱਚ ਆਉਣਾ। ਠੀਕ ਹੈ ਜੀ, ਤੁਸੀਂ ਮੋਟੇ ਦਿਮਾਗ ਤੋਂ ਕੰਮ ਲੈਂਦੀ ਆ ਇਹ, ਮੋਟੇ ਦਿਮਾਗ ਤੋਂ। ਇਹ ਬਹੁਤ ਘਟੀਆ ਗੱਲਾਂ ਨੇ, ਮੈਨੂੰ ਉਸ ਭੈਣ ਦਾ ਇਹ ਹਿੰਟ ਬਹੁਤ ਪਸੰਦ ਆਇਆ, ਮੈਂ ਕਿਹਾ ਚਲੋ ਮੈਂ ਵੀਡੀਓ 'ਚ ਗੱਲ ਕਰਦੀ ਹਾਂ। ਕਦੇ ਵੀ ਜਵਾਕਾਂ ਨੂੰ ਕਿਸੇ ਦੀਆਂ ਰਾਖੀਆਂ 'ਤੇ ਨਾ ਲਾਓ, ਗੱਲਾਂ ਸੁਣਨ 'ਤੇ ਨਾ ਲਾਓ, ਬੱਚਿਆਂ ਨੂੰ ਪੜ੍ਹਾਈ 'ਚ ਧਿਆਨ ਰੱਖਣ ਦਿਓ, ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਓ, ਚੰਗੀ ਉਹਨਾਂ ਦੀ ਪਰਵਰਿਸ਼ ਕਰੋ ਜਿਹੜੀ ਤੁਹਾਡੇ ਬੁਢਾਪੇ 'ਚ ਵੀ ਕੰਮ ਆਵੇ, ਬੱਚਿਆਂ ਦੀ ਜਵਾਨੀ 'ਚ ਵੀ ਕੰਮ ਆਵੇ। ਠੀਕ ਹੈ, ਇਹੋ ਜਿਹਾ ਰੇਹ ਕੂੜਾ ਨਾ ਦਿਮਾਗ 'ਚ ਭਰਿਆ ਕਰੋ ਜਵਾਕਾਂ ਦੇ। ਠੀਕ ਹੈ, ਚਲੋ ਠੀਕ ਹੈ ਜੀ, ਮੈਨੂੰ ਵਧੀਆ ਲੱਗੀ ਤੀ ਗੱਲ, ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਲਈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਲਾਈਕ ਕਰਿਆ ਕਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਤੋੜਲੇ ਬਤਾਊਂ, ਸਾਡੇ ਜੋਗੇ ਬਹੁਤ ਆ, ਛੋਟੀ ਜਿਹੀ ਫੈਮਿਲੀ ਹੈ।